Z5 ऐप डाउनलोड करो ते देखो पूरे एपिसोड बिल्कुल फ्री। सत श्री अकाल जी, मैं आज जसी ते मैं तुहाडा सारिआं दा बहुत बहुत स्वागत करदी हाँ जी पंजाबी ते बहुत ही बेहतरीन शो बॉलीवुड गपशप विच। इस शो की वेट मैनू तुहाडे तो ज़्यादा रहिंदी है क्योंकि इस शो विच पंजाबी सिनेमा के बेहतरीन सितारे मौजूद होंदे ने। लेकिन इस बार तो इदां लगता है कि पंजाबी सिनेमा के सितारे नहीं बल्कि दो दो चंद ही इत्थे चार चंद लाउण नूं मौजूद ने। जी हाँ, अज असीं मुलाकात करन जा रहे हैं गिप्पी गरेवाल ते तन्नू गरेवाल दे नाल, जिन्हां दी नवीं फिल्म यार मेरा तितलियां वर्गा 2 सितंबर नूं सिनेमा हॉल विच रिलीज़ हो रही है। ऑडियंस दे दिलां विच जिहड़ा डेवलप हो गया ते पंचेस बहुत ही अमेजिंग ने, ते जदों इह कॉन्सेप्ट तुहाडे कोल आया हाउ डिड यू फील? फिल्म इह जी नरेश कतूरिया साहब ने लिखी है, उन्होंने सुनाई मैनू। फिल्म तो पहला उन्होंने मैनू एक अखबार की कटिंग जी भेजी ਤੇ ਉਹਦੇ ਤੇ ਲਿਖਿਆ ਹੋਇਆ ਸੀਗਾ, ਕਹਿੰਦੇ ਹਸਬੈਂਡ ਵਾਈਫ ਫੇਕ ਆਈਡੀਆਂ ਬਣਾ ਕੇ ਚੈਟਿੰਗਾਂ ਕਰਦੇ ਸੀ ਫੇਸਬੁੱਕ ਤੇ, 3 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਇੱਕ ਦੂਜੇ ਨਾਲ ਚੈਟਿੰਗ ਕਰ ਰਹੇ ਆ। ਸੋ ਨਰੇਸ਼ ਜੀ ਕਹਿੰਦੇ ਮੈਂ ਫਿਲਮ ਲਿਖੀ ਹੈ ਜੀ ਤੇ ਇਸੇ ਥੋਟ ਦੇ ਉੱਤੇ। ਸੋ ਉਹਨਾਂ ਨਾਲ ਬਹੁਤ ਕੰਮ ਕੀਤਾ ਜੀ, ਕੈਰੀ ਓਨ ਜੱਟੋ ਤੋਂ ਲੈ ਕੇ ਹੁਣ ਤੱਕ, ਤੇ ਮੈਂ ਕਿਹਾ ਲਿਆਓ ਜੀ। ਸੋ ਜਦੋਂ ਮੈਂ ਕੋਨਸੈਪਟ ਸੁਣਿਆ, ਸੋ ਮੈਨੂੰ ਲੱਗਿਆ ਕਿ ਯਾਰ ਇੱਕ ਐਕਚੁਲੀ ਤਾਂ ਇਹ ਕਾਫੀ ਟਾਈਮ ਹੋ ਗਿਆ ਇਸ ਚੀਜ਼ ਨੂੰ, ਕਿਉਂਕਿ ਬੜੇ ਕਾਰਪੋਰੇਟ ਵਾਲੇ ਬਹੁਤ ਲੋਕ ਇਹਨੂੰ ਬਣਾਉਣ ਨੂੰ ਫਿਰਦੇ ਸੀਗੇ, ਤੇ ਮੇਰੀ ਕੋਸ਼ਿਸ਼ ਸੀ ਵੀ ਮੈਂ ਬਣਾਵਾਂ ਹਨਾ ਐਜ਼ ਅ ਪ੍ਰੋਡਿਊਸਰ, ਤੇ ਫਾਈਨਲੀ ਫਿਲਮ ਫਲੋਰ ਤੇ ਆਈ ਜੀ। ਆਮ ਸੋ ਹੈਪੀ ਐਂਡ ਐਕਸਾਈਟਡ, ਜਿਹਨੂੰ ਕਹਿੰਦੇ ਕਿ ਬੰਬ ਫਿਲਮ ਬਣੀ ਹੈ, ਜੋ ਚਾਹੁੰਦੇ ਸੀ ਉਹ ਬਣਿਆ ਹੈ। ਬਹੁਤ ਘੱਟ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਰੱਜ ਕੇ ਹਸਾਉਂਦੀਆਂ ਤੇ ਇੱਕ ਚੰਗਾ ਮੈਸੇਜ ਦੇ ਕੇ ਜਾਂਦੀਆਂ। ਸੋ ਯਾਰ ਮੇਰਾ ਤਿਤਲੀ ਯਾਰ ਗੀ ਵਨ ਆਫ ਦਮ। ਕੀ ਬਾਤ ਹੈ। ਅੱਛਾ, ਤੁਹਾਨੂੰ ਤੁਹਾਡੀ ਇਹ ਦੂਜੀ ਫਿਲਮ ਹੈ ਗਿੱਪੀ ਜੀ ਦੇ ਨਾਲ, ਹਨਾ, ਤੁਹਾਡਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਫਿਲਮ ਕਰਕੇ? ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਮੈਂ ਬਹੁਤ ਕੁਝ ਸਿੱਖਿਆ ਗਿੱਪੀ ਜੀ ਤੋਂ, ਤੇ ਇਹਨਾਂ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਸੀ ਸ਼ਾਵਾ ਨਿਗਰਧਾਰੀ ਲਾਲ ਦੇ ਵਿੱਚ, ਪਰ ਉਹਦੇ ਵਿੱਚ ਅਸੀਂ 1 ਹਫ਼ਤੇ ਦਾ ਕੰਮ ਸੀਗਾ, ਸੋ ਜ਼ਿਆਦਾ ਨਹੀਂ, ਇਟ ਵਾਸ ਵੀ ਡਿਡਨਟ ਵਰਕ ਦੈਟ ਮਚ ਟੂਗੇਦਰ। ਬਟ ਅੰਦਰ ਤੁਸੀਂ ਮੇਨ ਲੀਡ ਤੋ, ਤੇ ਇਹਦੇ ਵਿੱਚ ਮੇਨ ਲੀਡ ਤੇ ਆ, ਤੇ ਆਈ ਐਮ ਸੋ ਹੈਪੀ ਐਂਡ ਥੈਂਕਫੁਲ ਕਿ ਮੇਰੀ ਜਿਹੜੀ ਫੁੱਲ ਫਲੈਸ਼ ਪਹਿਲੀ ਫਿਲਮ ਆ ਉਹ ਗਿੱਪੀ ਜੀ ਦੇ ਨਾਲ ਆ, ਇਟਸ ਅ ਡ੍ਰੀਮ ਕਮ ਟਰੂ। ਬਹੁਤ ਖੂਬ। ਅੱਛਾ, ਇਹ ਫਿਲਮ ਦਾ ਜਿਹੜਾ ਟਾਈਟਲ ਹੈ ਜੀ ਯਾਰ ਮੇਰਾ ਤਿਤਲੀਆਂ ਵਰਗਾ, ਇਹ ਕਿੰਨੇ ਰੱਖਿਆ ਤੇ ਕਿਉਂ ਰੱਖਿਆ? ਰੱਖਿਆ ਤਾਂ ਮੈਂ ਹੀ ਆ ਜੀ, ਸੋ ਮੈਂ ਹੀ ਬੰਦਾ ਤੁਹਾਡੇ ਸਾਹਮਣੇ। ਸੋ ਰੱਖਿਆ ਇਸ ਲਈ ਜੀ ਕਿਉਂਕਿ ਜਦੋਂ ਮੈਂ ਕਹਾਣੀ ਸੁਣੀ ਤੇ ਈਵਨ ਆਪਾਂ ਟ੍ਰੇਲਰ 'ਚ ਵੀ ਦਿਖਾਇਆ ਕਿ ਉਹ ਫੇਸਬੁੱਕ 'ਤੇ ਲੱਗਿਆ ਰਹਿੰਦਾ, ਕਦੇ ਇਸ ਕੁੜੀ ਨੂੰ ਕਿਵੇਂ ਆ, ਉਹਨੂੰ ਕਿਵੇਂ ਕਿੱਦਾਂ, ਸੋ ਮੈਸੇਜ ਭੇਜਦਾ ਰਹਿੰਦਾ, ਆਸ਼ਕੀ ਆ ਜਿਹੜੀ ਉਹਦੀ ਫੇਸਬੁੱਕ 'ਤੇ ਕਦੇ ਇੱਧਰ ਕਦੇ ਉੱਧਰ ਜ਼ੋਰਾਂ ਸ਼ੋਰਾਂ 'ਤੇ ਚੱਲਦੀ ਹੈ। ਸੋ ਮੈਨੂੰ ਲੱਗਿਆ ਕਿ ਯਾਰ ਇਹ ਬੜਾ ਫਿੱਟ ਟਾਈਟਲ ਬੈਠੂਗਾ, ਕਦੇ ਇਸ ਫੁੱਲ 'ਤੇ ਕਦੇ ਉਸ ਫੁੱਲ 'ਤੇ ਯਾਰ ਮੇਰਾ ਤਿਤਲੀਆਂ ਵਰਗਾ। ਅਤੇ ਫਿਰ ਜਾਨੀ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਗਾਣਾ ਚਾਹੀਦਾ, ਅਤੇ ਕਿਉਂਕਿ ਉਹ ਜਾਨੀ ਉਹਨਾਂ ਕੋਲ ਸੀਗਾ, ਸੋ ਲੱਕੀਲੀ ਉਹ ਵੀ ਮਿਲ ਗਿਆ। ਅਤੇ ਮੈਨੂੰ ਲੱਗਦਾ ਜਦੋਂ ਅਸੀਂ ਫਿਲਮ ਦੇਖੋਗੇ ਤੁਹਾਨੂੰ 100% ਲੱਗੂਗਾ ਕਿ ਇਹਦਾ ਟਾਈਟਲ ਇਹੀ ਚਾਹੀਦਾ, ਜਸਟੀਫਾਈ ਕਰ ਰਹੇ ਟ੍ਰੇਲਰ ਤੋਂ ਹੀ ਲੱਗ ਰਿਹਾ ਜੀ। ਅੱਛਾ, ਤੁਹਾਨੂੰ ਹਰ ਕੁੜੀ ਦਾ ਡ੍ਰੀਮ ਹੈ ਗਿੱਪੀ ਜੀ ਦੇ ਨਾਲ ਕੰਮ ਕਰਨ ਦਾ, ਐਂਡ ਦਿਸ ਇਜ਼ ਯੋਰ ਸੈਕਿੰਡ ਮੂਵੀ, ਹਨਾ, ਸੋ ਹਾਊ ਡਿਡ ਯੂ ਗੈਟ ਦੀ ਓਪਰਚੁਨਿਟੀ? ਓਪਰਚੁਨਿਟੀ ਤਾਂ ਲਾਈਕ ਆਈ ਸਟਾਰਟਡ ਆਫ ਵਿਦ ਮਿਊਜ਼ਿਕ ਵੀਡੀਓਜ਼, ਅਤੇ ਉੱਥੋਂ ਮੈਂ ਪਹਿਲਾਂ ਤੋਂ ਚਾਹੁੰਦੀ ਸੀ ਕਿ ਮੈਂ ਫਿਲਮਾਂ ਕਰਾਂ, ਬਟ ਇੱਕ ਸਟੈਪਿੰਗ ਸਟੋਨ ਹੁੰਦਾ ਹਨਾ ਹਰੇਕ ਚੀਜ਼ ਦਾ, ਸੋ ਮਿਊਜ਼ਿਕ ਵੀਡੀਓਜ਼ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਹੰਬਲ ਨੇ ਮੈਨੂੰ ਅਪਰੋਚ ਕੀਤਾ ਸ਼ਾਵਾ ਨਿਗਰਧਾਰੀ ਲਾਲ ਲਈ, ਅਤੇ ਉਸ ਤੋਂ ਫਿਲਮ ਦਾ ਨਾਮ ਅਸੀਂ ਇਕੱਠੇ ਕੰਮ ਕਰਦੇ ਹਾਂ। ਇਹ ਕਿੰਨੇ ਵੱਡੇ ਸਟਾਰ ਦੇ ਨਾਲ ਜਦੋਂ ਤੁਸੀਂ ਪਹਿਲੀ ਵਾਰ ਕੰਮ ਕਰਦੇ ਹੋ ਨਾ ਐਜ਼ ਅ ਡੈਬਿਊ, ਮਿਊਜ਼ਿਕ ਵੀਡੀਓਜ਼ ਗੱਲ ਕੁਛ ਹੋਰ ਹੁੰਦੀ ਹੈ, ਤੁਸੀਂ ਐਕਟਿੰਗ ਕਰਦੇ ਹੋ ਇੱਕ ਹੈਜ਼ੀਟੇਸ਼ਨ ਹੁੰਦੀ ਹੈ, ਹਨਾ, ਇੱਕ ਝਾਕਾ ਜਿਹਾ ਹੁੰਦਾ ਕਿ ਯਾਰ ਹੀ ਇਜ਼ ਸੱਚ ਐਨ ਐਕਸਪੀਰੀਅੰਸਡ ਐਕਟਰ, ਡਾਇਰੈਕਟਰ, ਪ੍ਰੋਡਿਊਸਰ, ਹਨਾ, ਅਤੇ ਸਿੰਗਰ ਵੀ। ਤੁਹਾਨੂੰ ਹਾਊ ਕੰਫਰਟੇਬਲ ਯੂ ਆ ਡਿਊਰਿੰਗ ਯੋਰ ਫਸਟ ਫਿਊ ਸ਼ਾਟਸ? I was honestly speaking really nervous when I first started, but jada jada apa gallan pata karde ha apa eventually comfortable ho jande ha na, and he's very supportive, encouraging, helpful, te main hun easily kam kar leni ha. Pehla pehla I definitely was nervous. Acha ki ji todi journey jehdi rahi hai oh bahut hi different characters hi rahi hai, tusi different different characters har film de andar portray kite hain, log tuhanu sab to zyada pasand kede character kede zoner ch karde ne? ਐਕਚੁਲੀ ਦੇਖੋ ਜੀ, ਪੰਜਾਬੀਆਂ ਦੇ ਸੁਭਾਅ 'ਚ ਹੱਸਣਾ ਖੇਡਣਾ, ਬਿਲਕੁਲ, ਸੋ ਖੁਸ਼ ਮਿਜ਼ਾਜ ਦੇ ਬੰਦੇ ਨੇ, ਸੋ ਇਹ ਜ਼ਿਆਦਾ ਕਾਮੇਡੀ ਫਿਲਮਾਂ ਨੂੰ ਹੀ ਪਸੰਦ ਕਰਦੇ ਨੇ, ਨੋ ਡਾਊਟ। ਜਦੋਂ ਅਸੀਂ ਅਰਦਾਸ ਵਰਗੀਆਂ ਫਿਲਮਾਂ ਬਣਾਉਂਦੇ ਹਾਂ ਬਹੁਤ ਐਪਰੀਸ਼ੀਏਟ ਹੋਈਆਂ ਫਿਲਮਾਂ ਉਹ ਵੀ, ਬਟ ਜੇ ਮੇਰਾ ਪੁੱਛੋ ਕਿ ਪਰਸਨਲ ਮੈਨੂੰ ਕਿਸ ਤਰ੍ਹਾਂ ਦੇ ਰੋਲ 'ਚ ਪਸੰਦ ਕਰਦੇ ਨੇ, ਤਾਂ ਉਹ ਆਹੀ ਹੈ ਜਿਹੜਾ ਯਾਰ ਮੇਰਾ ਤਿਤਲੀਆਂ ਵਰਗਾ, ਕੈਰੀ ਓਨ ਜੱਟਾ, ਮੰਜੇ ਬਿਸਤਰੇ, ਸੋ ਇਹ ਉਹ ਫਿਲਮਾਂ ਨੇ ਜਿਹੜੀਆਂ
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਦੇਖਣੇ ਚਾਹੁੰਦੇ ਨੇ ਤੇ ਫੈਮਿਲੀ ਐਂਟਰਟੇਨਰ ਹੈ ਸੋ ਇਸ ਤਰ੍ਹਾਂ ਦੇ ਕਿਰਦਾਰ ਚ ਮੈਨੂੰ ਲੱਗਦਾ ਕਿ ਜ਼ਿਆਦਾ ਪਸੰਦ ਕਰਦੇ ਆ ਜਿਹੜਾ ਇਕੱਲੀਏ ਨੱਚਦੇ ਟੱਪਦੇ ਹੈਪੀ ਝੂਠ ਤੂਫਾਨ ਗੱਪਾਂ ਹਾ ਹੀ ਹੀ ਮੈਂ ਤੇ ਸਾਰੀ ਆਡੀਅੰਸ ਤੇ ਤੁਹਾਡੇ ਫੈਨਸ ਵੇਖਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਬਹੁਤ ਹੀ ਐਕਟਿਵ ਵੀ ਰਹਿੰਦੇ ਨੇ ਉਹ ਜੀ ਅੱਛਾ ਇਹਨਾਂ ਨੂੰ ਵੀ ਐਕਟਿੰਗ ਦਾ ਸ਼ੌਂਕ ਤੁਹਾਡੇ ਤੋਂ ਪਿਆ ਕਿ ਸ਼ੁਰੂ ਤੋਂ ਇਟ ਵਾਸ ਇਨਬੋਰਨ ਨਹੀਂ ਐਕਚੁਅਲੀ ਕੀ ਆ ਕਿ ਦੇਖੋ ਥੋੜਾ ਬਹੁਤਾ ਫਰਕ ਤਾਂ ਇਸ ਚੀਜ਼ ਦਾ ਪੈਂਦਾ ਜਦੋਂ ਜਿਸ ਲਾਈਨ 'ਚ ਤੁਸੀਂ ਹੁੰਦੇ ਹੋ ਤੇ ਬਟ ਇਦਾਂ ਦਾ ਕੁਛ ਨਹੀਂ ਜਿਵੇਂ ਹੁਣ ਛਿੰਦਾ ਸੀਗਾ ਉਹ ਥੋੜਾ ਜ਼ਿਆਦਾ ਐਕਟਿਵ ਆ ਉਹ ਚਾਹੁੰਦਾ ਸੀ ਵੀ ਮੈਂ ਫਿਲਮ ਕਰਾਂ ਜਾਂ ਮੈਂ ਕਰਨਾ ਚਾਹੁੰਦਾ ਤੇ ਉਹ ਆਪਣੀ ਮਰਜ਼ੀ ਆ ਉਹਦੀ ਸੋ ਉਦੋਂ ਉਹਨਾਂ ਨੇ ਦਲਜੀਤ ਹੋਰਾਂ ਨੇ ਉੱਥੇ ਸ਼ੂਟ ਕਰਨੀ ਸੀ ਹੌਸਲਾ ਤੇ ਉਹਨਾਂ ਨੇ ਸੁਣਾਈ ਕਹਿੰਦੇ ਮੈਂ ਕਿਹਾ ਤੁਸੀਂ ਇਹਨੂੰ ਪੁੱਛ ਲਓ ਮੈਨੂੰ ਲੱਗਦਾ ਨੀਗਾ ਕਿਉਂਕਿ ਉਹਦਾ ਸ਼ਡਿਊਲ ਬਹੁਤ ਵਿੱਚੇ ਗੇਮ ਹੁੰਦੀ ਆ ਉਹਦੀ ਬਾਸਕਟਬਾਲ ਖੇਡਦਾ ਸਕੂਲ ਹੁੰਦੇ ਨੇ ਉੱਥੇ ਸਿਸਟਮ ਵੀ ਹੋ ਰਿਹਾ ਮੈਨੂੰ ਯਾਦ ਆ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਮੈਂ ਤਾਂ ਰੋਜ਼ ਕੁੱਟ ਖਾ ਕੇ ਸਕੂਲ ਜਾਂਦਾ ਸੀ ਤੇ ਵੀ ਮੈਂ ਨਹੀਂ ਜਾਣਾ ਹਨਾ ਘਰ ਦੇ ਧੱਕੇ ਨਾਲ ਛੱਡ ਛੁੱਟ ਕੇ ਆਉਂਦੇ ਸੀ ਸੋ ਸਾਡੇ ਬੱਚੇ ਮੈਂ ਹੈਰਾਨ ਹੁੰਦਾ ਕਿ ਯਾਰ ਵੀ ਇੰਨਾ ਚੇਂਜ ਕਿੱਦਾਂ ਹੈ ਛਿੰਦੇ ਉਹਨਾਂ ਨੇ ਆਪਣਾ ਅਲਾਰਮ ਆਪ ਲਾਇਆ ਹੁੰਦਾ ਸਕੂਲ ਦੇ ਲਈ ਉਹਨੇ ਇੱਕ ਟੱਕ ਉੱਠਣਾ ਤੇ ਤਿਆਰ ਹੋਣਾ ਵੀ ਸਕੂਲ ਆ ਛੁੱਟੀ ਨੀ ਮਾਰਨੀ ਜੀ ਉਹਨਾਂ ਨੂੰ ਕਿਤੇ ਕਹਿ ਦੇਣਾ ਵੀ ਕੱਲ ਨੂੰ ਏਦਾਂ ਜੇ ਇੱਕ ਦਿਨ ਵੀ ਆਫ ਹੋਣਾ ਵਾ ਤਾਂ ਉਹਨਾਂ ਲਈ ਆਉਣਾ ਵੀ ਨਾ ਗੇਮ ਤੋਂ ਛੁੱਟੀ ਉਹਨੇ ਨਹੀਂ ਕਰਨੀ ਉਹਨਾਂ ਦਾ ਮਨ ਲੱਗਦਾ ਹੈ ਸੋ ਮੈਨੂੰ ਐਂ ਲੱਗਦਾ ਕਿ ਇਹ ਹੋਣਾ ਚਾਹੀਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਸੀਂ ਕੰਮ ਉਹ ਕਰੋ ਜਿਹਦੇ ਤੁਹਾਡਾ ਦਿਲ ਲੱਗੇ ਸੋ ਪੜ੍ਹਾਈ ਵੀ ਇੱਕ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਤੁਹਾਡਾ ਦਿਲ ਲੱਗੇ ਉਹ ਪਤਾ ਨਹੀਂ ਬਾਹਰ ਕਿੱਦਾਂ ਪੜ੍ਹਾਉਂਦੇ ਨੇ ਉਹ ਜਿਵੇਂ ਬੱਚੇ ਨੂੰ ਪੜ੍ਹਾਉਂਦੇ ਨੇ ਬੱਚਿਆਂ ਦਾ ਜੀ ਕਰਦਾ ਕਿ ਅਸੀਂ ਸਕੂਲ ਜਾਈਏ ਸਾਡਾ ਤਾਂ ਜੀ ਨਹੀਂ ਕਰਦਾ ਸਾਡਾ ਤਾਂ ਮਤਲਬ ਅਸੀਂ ਤਾਂ ਇਸੇ ਚੱਕਰ ਦੇ ਵਿੱਚ ਪਤਾ ਨਹੀਂ ਕਿੰਨੀਆਂ ਸੌਹਾਂ ਸਵੇਰੇ ਬਾਬੇ ਨੂੰ ਅਰਦਾਸਾਂ ਕਰਨਾ ਜਿਹੜੀਆਂ ਮੈਥ ਵਾਲਾ ਡਿੱਗ ਪਵੇ ਸਾਇੰਸ ਵਾਲੇ ਦਾ ਗਿੱਟਾ ਟੁੱਟ ਜੇ ਆਹ ਹੋ ਜੇ ਵੋ ਹੋ ਜੇ ਸੋ ਉਹ ਚੀਜ਼ਾਂ ਬਹੁਤ ਅਸੀਂ ਤਾਂ ਕਰਦੇ ਆਏ ਹਾਂ Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।